ਅਗਲੀ ਗੱਲ ਕਰਦੇ ਜਾਈਏ ਰੀਡਲੀ ਦੀ ਉਹ ਇਲਲੀਗਲ ਲੈਬ ਜਿੱਥੇ ਕਈ ਤਰ੍ਹਾਂ ਦੇ ਵਾਇਰਸ ਵਗੈਰਾ ਫੜੇਗੇ ਸੀ ਗੈਕੂਨੀ ਢਾਂਕ ਦੇ ਨਾਲ ਚੱਲ ਰਹੀ ਸੀ ਕਈ ਪੈਥੋਜਨਸ ਉਲਬੇ ਸੀ ਨਵੀਆਂ ਜਿਹੜੀਆਂ ਡਿਟੇਲਸ ਇਸ ਦੇ ਵਿੱਚ ਇਹ ਸਾਹਮਣੇ ਆਈਆਂ ਆ ਫਰੇਜਨੋ ਕਾਉਂਟੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਉਹਨਾਂ ਨੇ ਜਿਹੜੀ ਇਸ ਦੀ ਡਿਟੇਲਡ ਟਾਈਮਲਾਈਨ ਆ ਇਨਵੈਸਟੀਗੇਸ਼ਨ ਦੀ ਉਸ ਨੂੰ ਸ਼ੇਅਰ ਕੀਤਾ ਹੈਗਾ ਆ ਬੋਰਡ ਆਫ ਸੁਪਰਵਾਈਜ਼ਰਸ ਦੀ ਮੀਟਿੰਗ ਦੇ ਦੌਰਾਨ ਇਹ ਐਕਸਪਲੇਨ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਹੱਥ ਵੱਜੇ ਸੀਗੇ ਕਈ ਲੋਕਾਂ ਨੇ ਜਿਹੜੇ ਲੋਕਲ ਅਧਿਕਾਰੀ ਆ ਉਹਨਾਂ ਨੂੰ ਸਵਾਲ ਚੱਕ ਰਹੇ ਆ ਵੀ ਇਨਫਾਰਮੇਸ਼ਨ ਇਹਨਾਂ ਨੇ ਇਸ ਇਲੈਗਲ ਲੈਬ ਬਾਰੇ ਪਹਿਲਾਂ ਜਿਹੜੀ ਆ ਉਹ ਕਿਉਂ ਨਹੀਂ ਦੱਸੀ ਸੀ ਕਹਿੰਦੇ ਵੀ ਜਿੱਦਾਂ ਅਸੀਂ ਕਮਿਊਨੀਕੇਟ ਕਰ ਰਹੇ ਸੀ ਸੂਬੇ ਦੀ ਤੇ ਕੌਮੀ ਪੱਧਰ ਦੀਆਂ ਜਿਹੜੀਆਂ ਏਜੰਸੀਆਂ ਆ ਉਹਨਾਂ ਦੇ ਨਾਲ ਤੇ ਉਹ ਮੇਕ ਕਲੀਅਰ ਕਰ ਰਹੇ ਸੀਗੇ ਵੀ ਇਸ ਦੇ ਉੱਤੇ ਅਸੀਂ ਬੋਲ ਨਹੀਂ ਸਕਦੇ ਇਹ ਸਾਡਾ ਪ੍ਰੋਟੋਕਾਲ ਆ ਜਿਹੜੇ ਪ੍ਰੋਟੋਕਾਲ ਦੇ ਤਹਿਤ ਕਹਿੰਦੇ ਅਸੀਂ ਕੰਮ ਕਰਦੇ ਰਹੇ ਹਾਂ ਕਿਉਂਕਿ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ ਸੋ ਇਹ ਫਰੇਜਨੋ ਕਾਉਂਟੀ ਦੇ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਦੱਸਿਆ ਆ ਸੋ ਕਹਿੰਦੇ ਵੀ ਈਮੇਲਸ ਇਹ ਹੁਣ ਰੌਸ਼ਨੀ ਪਾ ਰਹੀਆਂ ਆ ਵੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੂੰ ਪਤਾ ਸੀ ਉਹਨਾਂ ਨੇ ਫਰੇਜਨੋ ਕਾਉਂਟੀ ਦੇ ਅਧਿਕਾਰੀਆਂ ਨੂੰ ਦੱਸਿਆ ਸੀਗਾ ਵੀ ਇਸ ਦੇ ਉੱਤੇ ਚੁੱਪ ਜਿਹੜਾ ਆ ਉਹ ਰਿਹਾ ਜਾਵੇ ਸੋ ਈ ਇਵੈਂਚੁਅਲੀ ਐਫ ਬੀ ਆਈ ਤੇ ਹੋਰ ਕਈ ਕੌਮੀ ਪੱਧਰ ਦੀਆਂ ਸੂਬੇ ਪੱਧਰ ਦੀਆਂ ਏਜੰਸੀਆਂ ਨੇ ਮਿਲ ਕੇ ਇਸ ਲੈਬ ਨੂੰ ਫੜ ਕੇ ਫਿਰ ਬੰਦ ਕੀਤਾ ਜੀ ਅਗਲੀ ਖੁਰਮਾ ਚਲੀਏ ਉਹ ਓਕਲੈਂਡ ਤੋਂ ਆ ਰਹੀ ਆ ਓਕਲੈਂਡ ਦੇ ਵਿੱਚ ਇੰਨੀ ਸਿਚੁਏਸ਼ਨ ਮਾੜੀ ਹੋ ਗਈ ਆ ਆਪਾਂ ਪਿਛਲੇ ਦਿਨਾਂ ਤੋਂ ਤੁਹਾਨੂੰ ਸਟੋਰਾਂ ਦੀ ਗੱਲਬਾਤ ਕਰਦੇ ਸੀ ਹੁਣ ਜੋ ਇੰਡੀਵਿਜੂਅਲ ਰੈਜ਼ਿਡੈਂਟਸ ਹੈਗੇ ਆ ਉਨਨੂੰ ਉਹ ਕ੍ਰਾਈਮ ਤੋਂ ਇੰਨੇ ਤੰਗ ਆ ਗਿਆ ਕਹਿੰਦੇ ਵੀ ਅਸੀਂ ਓਕਲੈਂਡ ਤੋਂ ਭੱਜਣਾ ਸ਼ੁਰੂ ਕਰ ਦਿੱਤਾ ਹੈਗਾ ਆ ਹੁਣ ਪੁਲਿਸ ਇਹ ਕਹਿ ਰਹੀ ਆ ਵੀ ਆਪਣੇ ਘਰਾਂ ਦੇ ਵਿੱਚ 에ਅਰ ਹੌਰਨਸ ਰੱਖੋ ਵੀ ਜਦਾਂ ਪੌਵੋ ਕਰਨ ਵਾਲੇ ਤਾਂ ਕਿ ਜੋ ਨੇਬਰਸ ਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਤੁਹਾਡੇ ਕੋਈ ਰੋਬ ਕਰਨ ਆਇਆ ਹੈਗਾ ਇਦਾਂ ਦੀਆਂ ਇਨਸੀਡੈਂਟਸ ਹੋ ਰਹੀਆਂ ਤੁਹਾਡੇ ਜਿਹੜੇ ਆ ਲੂ ਕੰਡੇ ਖੜੇ ਹੋ ਜਾਣਗੇ ਇੱਕ 60 ਸਾਲਾਂ ਦੀ ਬਜ਼ੁਰਗ ਡੇਵਿਡ ਸ਼ਨਾਈਡਰ ਉਹ ਆਪਣੇ ਘਰ ਦੇ ਵਿੱਚ ਟਰੀ ਨੂੰ ਟ੍ਰਿਮ ਕਰ ਰਹੀ ਸੀ ਜਦੋਂ ਕਿਸੇ ਨੇ ਉਹਨੂੰ ਜਿਹੜਾ ਆ ਗੋਲੀ ਮਾਰ ਕੇ ਮਾਰ ਦਿੱਤਾ ਤੇ ਇਸ ਤੋਂ ਬਿਨਾ ਇੱਕ ਹੋਰ ਬੀਬੀ ਵੀ ਦੱਸਦੀ ਹੈ ਕਹਿੰਦੇ ਵੀ ਉਹ ਬਿਲਕੁਲ ਆ ਪਾਰਕ ਲਾ ਕੇ ਘਰ ਦੇ ਅੰਦਰ ਗਈ ਜਦੋਂ ਬਾਹਰ ਆਈ ਤੇ ਉਹਦੇ ਆਲਰੇਡੀ ਟਾਇਰ ਜਿਹੜੇ ਆ ਉਹ ਗੱਡੀ ਤੋਂ ਲਾ ਲਏ ਸੀ ਤੇ ਜਦੋਂ ਹੀ ਉਸਨੇ ਆਵਾਜ਼ ਮਾਰੀ ਤੇ ਉਹ ਜਿਹੜੇ ਚੋਰ ਆ ਉਹ ਉਥੋਂ ਭੱਜ ਗਏ ਤੇ ਇੱਦਾਂ ਇੱਕ ਹੋਰ ਬੀਬੀ ਦੱਸਦੀ ਹੈ ਕਹਿੰਦੀ ਵੀ ਮੈਂ 2.5 ਸਾਲ ਪਹਿਲਾਂ ਇਸ ਏਰੀਏ ਚ ਮੂਵ ਹੋਈ ਸੀ ਤੇ ਮੈਂ ਹਰ ਕਿਸੇ ਨੂੰ ਐਡਵਾਈਸ ਦਿੰਨੀ ਆ ਕਿ ਇੱਥੇ ਕਦੇ ਵੀ ਮੂਵ ਨਾ ਹੋ ਸਾਡੇ ਜਿਹੜੇ ਓਕਲੈਂਡ ਦੇ ਰੈਜ਼ੀਡੈਂਟਸ ਆ ਉਹ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਉੱਥੋਂ ਨੱਠਣ ਦੀ ਫਲੀਅਿੰਗ ਦੇ ਆਰ ਫਲੀਅਿੰਗ ਕੈਲੀਫੋਰਨੀਆ ਐਂਡ ਦ ਸਟੇਟ ਕਿੰਨਾ ਜ਼ਿਆਦਾ ਜਿਹੜਾ ਵਾਇਲੈਂਟ ਕ੍ਰਾਈਮ ਇਸ ਕਮਿਊਨਿਟੀ ਦੇ ਵਿੱਚ ਹੋ ਗਿਆ ਹੈਗਾ ਆ ਇੱਕ ਲੈਟਰ ਪਿਛਲੇ ਜਲਾਈ ਦੇ ਵਿੱਚ ਐਨ ਡਬਲ ਯੂ ਸੀ ਬੀ ਓਕਲੈਂਡ ਬ੍ਰਾਂਚ ਪ੍ਰੈਜ਼ੀਡੈਂਟ ਸਿੰਥੀਆ ਐਡਮਸ ਤੇ ਓਕਲੈਂਡ ਪਾਸਟਰ ਬਿਸ਼ਪ ਬੌਬ ਜੈਕਸਨ ਨੇ ਇਸ਼ੂ ਕੀਤਾ ਸੀ ਤਾਂ ਕਿ ਜੋ ਇਹ ਐਕਸ਼ਨ ਲਿਆ ਜਾਵੇ ਇੰਨਾ ਜ਼ਿਆਦਾ ਜਿਹੜਾ ਕ੍ਰਾਈਮ ਆ ਉਹ ਬਦ}{\text{ੀਆ ਹੋਇਆ ਹੈਗਾ ਆ ਅਫਰੀਕਨ ਅਮਰੀਕਨਸ ਬਹੁਤ ਜਿਆਦੇ ਹਿੱਟ ਹੋ ਰਹੇ ਆ ਇਸ ਕ੍ਰਾਈਮ ਦੇ ਵਿੱਚ ਖਾਸ ਕਰਕੇ ਈਸਟ ਓਕਲੈਂਡ ਦੇ ਵਿੱਚ ਕਹਿੰਦੇ ਵੀ ਟੋਟਲੀ ਜੋ ਓਕਲੈਂਡ ਸ਼ਹਿਰ ਦੀ ਲੀਡਰਸ਼ਿਪ ਆ ਉਹ ਫੇਲ ਹੋ ਚੁੱਕੀ ਹੈਗੀ ਆ ਕਿਸੇ ਤਰ੍ਹਾਂ ਵੀ ਉਹ ਕ੍ਰਾਈਮ ਨੂੰ ਕੰਟਰੋਲ ਨਹੀਂ ਕਰ ਰਹੀ ਹੈਗੀ ਅਲਾਮੀਡਾ ਕਾਉਂਟੀ ਡਿਸਟ੍ਰਿਕਟ ਟਾਰਨੀ ਦੇ ਆਫਿਸ ਨੇ ਕਿਹਾ ਵੀ ਜਿਹੜਾ ਐਨ ਡਬਲਯੂ ਸੀ ਪੀ ਆ ਇਹ ਜੋ ਜਿਸ ਹਿਸਾਬ ਨਾਲ ਕੈਰੇਕਟਰਾਇਜ਼ ਕਰ ਰਹੇ ਆ ਇਹ ਸਹੀ ਨਹੀਂ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕ੍ਰਾਈਮ ਨੂੰ ਘਟਾਉਣ ਦੀ ਪਰ ਤੁਸੀਂ ਦੇਖੇ ਰਹੇ ਹੋ ਕਿ ਕਿਹੜਾ ਉੱਥੇ ਕ੍ਰਾਈਮ ਘਟ ਰਿਹਾ ਹੈ ਇੱਕ ਇੱਕ ਸਟੋਰ ਜਿਹੜਾ ਦੋ ਦਿਨਾਂ 'ਚ ਤਿੰਨ ਤਿੰਨ ਵਾਰੀ ਲੁੱਟ ਹੋ ਰਿਹਾ ਹੈਗਾ